ਜਿੰਨਾ ਚਿਰ ਸੁਖਪਾਲ ਸਿੰਘ ਖਹਿਰਾ ਇੱਥੋਂ ਦਾ ਕੈਂਡੀਡੇਟ ਨਹੀਂ ਬਣਿਆ ਜੀ, ਉਹਨਾਂ ਚਿਰ ਸੁਖਪਾਲ ਸਿੰਘ ਖਹਿਰਾ ਇਹਦੀ ਹਿੱਕ ਦਾ ਵਾਲ ਸੀ। ਠੀਕ ਹੈ। ਉਹ ਪੰਥਕ ਸੀ, ਉਹ ਪੰਥਕ ਸੋਚ ਵਾਲਾ ਬੰਦਾ ਸੀ, ਉਹ ਪੰਥਕ ਸੋਚ ਵਾਲੇ ਪਿਓ ਦਾ ਪੁੱਤ ਸੀ। ਲੇਕਿਨ ਜਦੋਂ ਉਹ ਉਹਦੀ ਪਾਰਟੀ ਨੇ ਉਹਨੂੰ ਟਿਕਟ ਦੇ ਤੀ, ਉਹ ਉਹਦੇ ਗਦਾਰ ਬਣ ਗਿਆ। ਅਤੇ ਇਹਦੇ ਜਿਹੜੇ ਵਰਕਰ ਹੈ, ਜਿਨ੍ਹਾਂ ਨੂੰ ਮੈਂ ਸਮਝਦਾ ਕਿ ਅਕਲ ਦੀ ਬਹੁਤ ਘਾਟ ਹੈ, ਕਿਉਂਕਿ ਜਿਹੜਾ ਸਿੱਖ ਹੈ ਉਹ ਉਹਦੇ ਵਾਸਤੇ ਸਭ ਦੀਆਂ ਧੀਆਂ ਭੈਣਾਂ ਆਪਣੀਆਂ। ਜਦੋਂ ਸੁਖਪਾਲ ਸਿੰਘ ਖਹਿਰੇ ਦੀ ਭੈਣ ਨੂੰ ਉਹਦੀ ਧੀ ਨੂੰ ਗਾਲਾਂ ਕੱਢਦੇ ਆ, ਅਤੇ ਉਹਨਾਂ ਨੂੰ ਆਪਦੀ ਧੀ ਅਤੇ ਭੈਣ ਵੱਲ ਵੀ ਵੇਖ ਲੈਣਾ ਚਾਹੀਦਾ ਹੈ ਕਿ ਸਾਡੀਆਂ ਧੀਆਂ ਭੈਣਾਂ ਸੁਖਪਾਲ ਸਿੰਘ ਖਹਿਰੇ ਦੀਆਂ ਧੀਆਂ ਭੈਣਾਂ ਵਰਗੀਆਂ ਹੈ, ਅਤੇ ਅਸੀਂ ਇਹਨਾਂ ਨੂੰ ਕਿਉਂ ਨਾ ਗਾਲਾਂ ਕੱਢ ਲਈਏ। ਉਹਦੀ ਪਾਰਟੀ ਨੇ ਟਿਕਟ ਦਿੱਤੀ, ਉਹ ਆਪਦੀ ਪਾਰਟੀ ਦੇ ਹੁਕਮ 'ਤੇ ਲੜਦਾ ਹੈ। ਮੈਂ ਨਹੀਂ ਸਮਝਦਾ ਉਹਨੇ ਕੋਈ ਗੁਨਾਹ ਕੀਤਾ। ਜੇ ਉਹਨੇ ਪੰਥਕ ਮੁੱਦਿਆਂ 'ਤੇ ਗੱਲ ਕੀਤੀ ਹੈ, ਇਹ ਸਿਮਰਜੀਤ ਮਾਨ ਦੇ ਨਾਲ ਸਟੇਜਾਂ ਸਾਂਝੀਆਂ ਕੀਤੀਆਂ, ਉਹ ਚੰਗਾ ਸੀ। ਜੇ ਸਿਮਰਜੀਤ ਮਾਨ ਨੂੰ ਅੱਜ ਵੀ ਉਹ ਵੋਟਾਂ ਪਵਾ ਦੇਵੇ ਤਾਂ ਉਹ ਅੱਜ ਫਿਰ ਪੰਥਕ ਬਣ ਜੂਗਾ। ਉਹ ਜਿਹੜੀਆਂ ਗਾਲਾਂ, ਉਹਦੀ ਮਾਫ਼ੀ ਮੰਗ ਲੂਗਾ ਸਿਮਰਜੀਤ ਮਾਨ। ਠੀਕ ਹੈ, ਇੱਕ ਤੁਸੀਂ ਗੱਲ, ਸੋ ਇਹ ਆਜ਼ਾਦ ਸੋਚ ਨਹੀਂ, ਇਹ ਡੈਮੋਕ੍ਰੇਸੀ ਨਹੀਂ ਹੈ, ਇਹ ਡਿਕਟੇਟਰਸ਼ਿਪ ਹੈ। ਡਿਕਟੇਟਰਸ਼ਿਪ ਹੈ, ਹਾਂਜੀ, ਡਿਕਟੇਟਰਸ਼ਿਪ ਭਾਰੂ ਹੈ, ਜਾਣੀ ਕਿ ਡਿਕਟੇਟਰਸ਼ਿਪ ਹੈ। ਡਿਕਟੇਟਰਸ਼ਿਪ ਚਲਾਉਂਦਾ, ਉਹ ਡੈਮੋਕ੍ਰੇਸੀ 'ਚ ਵਿਸ਼ਵਾਸ ਹੀ ਨਹੀਂ ਰੱਖਦਾ। ਉਹ ਕਹਿੰਦੇ ਕਿ ਮੈਂ ਤਾਂ ਰਾਸ਼ਟਰਪਤੀ ਬਣ ਜਾਣਾ, ਮਤਲਬ ਮੈਂ ਉਹ ਚੀਜ਼ਾਂ, ਖਾਲਿਸਤਾਨ ਬਣਨਾ, ਮੈਂ ਉਹਦਾ ਰਾਸ਼ਟਰਪਤੀ ਹੋਣਾ। ਕੀ ਲੱਗਦਾ ਵੀ ਜਿਵੇਂ ਆਹ ਕੰਮ ਚੱਲ ਰਿਹਾ, ਖਾਲਿਸਤਾਨ ਬਣ ਜੂਗਾ? ਨਹੀਂ, ਉਹ ਖਾਲਿਸਤਾਨੀ ਹੈ। ਪਹਿਲੀ ਤਾਂ ਗੱਲ ਇਹ ਕਿ ਉਹ ਖਾਲਿਸਤਾਨੀ ਹੈ। ਜੇ ਖਾਲਿਸਤਾਨੀ ਹੈ ਤਾਂ ਫਿਰ ਉਹ ਸੰਵਿਧਾਨ ਨੂੰ ਨਾਲੇ ਮੰਨਦਾ ਨਹੀਂ, ਨਾਲੇ ਉਹਦੀ ਸਹੁੰ ਖਾਂਦਾ। ਨਾਲੇ ਸੰਵਿਧਾਨ ਨੂੰ ਮੰਨਦਾ ਨਹੀਂ, ਨਾਲੇ ਉਹਦੀ ਸਹੁੰ ਖਾਂਦਾ। ਉਹ ਆਉਂਦਾ ਜੀ ਫਲਾਨਿਆਂ ਨੇ ਵੀ ਕੀਤਾ, ਢੀਂਗੜਿਆਂ ਨੇ ਵੀ ਕੀਤਾ ਸੀ ਜੀ। ਮੈਂ ਨਾ ਵੀ ਪਾਗਲ ਬੰਦਾ ਖੂਹ 'ਚ ਡਿੱਗਦਾ ਹੈ ਅਤੇ ਉਹਦੇ ਮਗਰ ਸਿਮਰਜੀਤ ਮਾਨ ਨੇ ਵੀ ਛਾਲ ਮਾਰਨੀ ਆ। ਜੇ ਉਹਨੇ ਰਾਸ਼ਟਰਪਤੀ ਬਣਨਾ ਹੈ ਤਾਂ ਉਹ ਇਹ ਸੰਵਿਧਾਨ ਤੋਂ ਪਾਸੇ ਨਿਕਲੇ, ਕਿਉਂਕਿ ਜੇ ਰਾਸ਼ਟਰਪਤੀ ਬਣੂਗਾ ਤਾਂ ਉਹ ਇੱਥੋਂ ਤਾਂ ਬਣੂਗਾ, ਮੁਰਮੂ ਦੀ ਥਾਂ 'ਤੇ ਤਾਂ ਬਣ ਸਕਦਾ, ਕਿਉਂਕਿ ਮੁਰਮੂ ਨੂੰ ਵੋਟ ਪਾਈ ਆ ਉਹਨੇ। ਬਿਲਕੁਲ, ਮੁਰਮੂ ਨੂੰ ਵੋਟ ਪਾਈ ਉਹਨੇ, ਔਰ ਗਾਂਹ ਨੂੰ ਵੀ ਜਿਹੜੀ ਵੋਟ ਹੈ ਉਹ ਕਿਸੇ ਡੈਮੋਕ੍ਰੇਟਿਕ ਸਿਸਟਮ ਵਾਲਿਆਂ ਨੂੰ ਨਹੀਂ ਮਿਲਣੀ ਗੀ। ਨਾ ਇਹ ਦੱਸੇ ਅਕਾਲ ਤਖ਼ਤ 'ਤੇ ਜਾ ਕੇ, ਅਕਾਲ ਤਖ਼ਤ 'ਤੇ ਜੇ ਸਾਰੇ ਸਿੱਖਾਂ ਦਾ ਦੱਸੇ ਇਹਨੇ ਵੋਟ ਕਿਹਨੂੰ ਪਾਈ ਹੈ? ਇਹਨੇ ਮੁਰਮੂ ਨੂੰ ਵੋਟ ਪਾਈ ਹੈ। ਲੇਕਿਨ ਆਪਦੇ 'ਤੇ RSS ਦਾ ਧੱਬਾ ਨਾ ਲੱਗੇ, ਇਸ ਕਰਕੇ ਕਹਿੰਦਾ ਜੀ ਮੇਰੀ ਵੋਟ ਸੀ, ਮੈਂ ਪਾਤੀ। ਤੁਸੀਂ ਕੌਣ ਆ ਪੁੱਛਣ ਵਾਲੇ? ਜਿਹੜੇ ਪੰਥ ਨੇ ਇਹਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ, ਜਿਹੜੇ ਲੋਕਾਂ ਨੇ, ਸੰਗਰੂਰ ਦਾ ਨੇ ਇਹਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ, ਉਹ ਤਾਂ ਪੁੱਛ ਨਹੀਂ ਸਕਦੇ। ਉਹਨਾਂ ਵਾਸਤੇ ਡਿਕਟੇਟਰ ਇਹ, ਇਹਨੂੰ ਦੱਸਣਾ ਚਾਹੀਦਾ ਸੰਗਰੂਰ ਦੇ ਲੋਕਾਂ ਨੂੰ ਕਿ ਰਾਸ਼ਟਰਪਤੀ ਦੀ ਚੋਣ 'ਚ ਕਿਹਨੂੰ ਵੋਟ ਪਾਈ ਇਹਨੇ। ਠੀਕ ਹੈ, ਉੱਥੇ ਵੀ NDA ਵਾਲੇ ਪਾਸੇ ਗਿਆ, ਉੱਥੇ NDA ਨਾਲ ਗਿਆ ਇਹ। ਜਿਹੜੀ ਰਾਜੀਵ ਗਾਂਧੀ ਦੀ ਚਿੱਠੀ ਤੁਸੀਂ ਗੱਲ ਕਰ ਰਹੇ ਹੋ, ਮਤਲਬ ਉਹਦੀ ਵਾਕਈ ਕੋਈ ਸੱਚਾਈ ਹੈ ਜਾਂ ਕੋਈ ਇਹ ਮਹਿਜ ਜਿਵੇਂ ਤੋਂ ਉਹ ਕਹਿਣ ਦਿਆ ਕਿ ਤਾਂ ਜੀ ਬਣਾਈ ਗਈ ਚਿੱਠੀ ਹੈ, ਕਿਉਂਕਿ ਵਾਕਈ ਸੱਚਾਈ ਨਹੀਂ ਜੀ? ਬਣਾਈ ਕਿਹਨੇ ਹੈ? ਕੌਣ ਆ ਲਿਖਣ ਵਾਲਾ ਜੀ? ਇਹਨੂੰ ਕਮਿਸ਼ਨ ਬਣਵਾਉਣਾ ਚਾਹੀਦਾ, ਇਹਨੂੰ ਅਦਾਲਤ 'ਚ ਦਾਅਵਾ ਕਰਨਾ ਚਾਹੀਦਾ ਕਿ ਇਹ ਚਿੱਠੀ ਜਿਹੜੀ ਹੈ ਇਹਨੂੰ ਭੇਜ ਕੇ ਇਹਦੀ ਇਨਕੁਆਇਰੀ ਕਰੋ, ਇਹ ਲਿਖੀ ਕਿਹਦੀ ਹੈ, ਹੈਂਡਰਾਈਟਿੰਗ ਕਿਹਦਾ, ਆ ਜਿਹੜੇ ਦਸਖਤ ਹੈ ਇਹ ਕਿਹਦੇ ਹੈ? ਜੇ ਦਸਖਤ ਇਹਦੇ ਹੈ ਤਾਂ ਇਹ ਫਸ ਜੂਗਾ, ਜੇ ਦਸਖਤ ਕਿਸੇ ਨੇ ਹੋਰ ਕੀਤੇ ਤਾਂ ਉਹ ਫਸ ਜੂਗਾ। ਮੈਂ ਉਹ ਚਿੱਠੀ ਵੇਖੀ ਹੈ, ਦਸਖਤ ਇਹਦੇ ਆ। ਤੁਸੀਂ ਵੇਖਿਆ? ਬਿਲਕੁਲ ਜੀ, ਬਿਲਕੁਲ, ਸਿਮਰਜੀਤ ਮਾਨ ਦੇ ਦਸਖਤ ਕੋਈ ਨਹੀਂ ਕਰ ਸਕਦਾ। ਉਹ ਸਿਮਰਜੀਤ ਮਾਨ ਦੇ ਜਿਹੜੇ ਦਸਖਤ ਹੋਏ ਹੋਏ ਹੈ ਜੀ, ਉਹ ਮੇਰੇ ਕੋਲ ਇੱਕ ਪੁਰਾਣਾ ਕਾਰਡ ਹੈ, ਮੈਂ ਤੁਹਾਨੂੰ ਦਿਖਾ ਦਿੰਦਾ, ਇਹਦੇ ਨਾਲ ਦੇ ਹੀ ਉਹ ਚਿੱਠੀ 'ਤੇ ਦਸਖਤ ਹੈ। ਠੀਕ ਹੈ, ਜਿਹੜੇ ਤੁਹਾਡੇ ਕੋਲ ਹਜੇ ਵੀ ਹੈਗੇ ਆ? ਹਾਂ, ਇਹ ਪੁਰਾਣਾ ਕਾਰਡ ਪਾਰਟੀ ਦਾ? ਹਾਂ, ਪਾਰਟੀ ਦਾ, ਮੀਤ ਪ੍ਰਧਾਨ ਦਾ ਮੇਰੇ ਕੋਲ ਕਾਰਡ ਹੈ।
ਠੀਕ ਹੈ। ਪ੍ਰਧਾਨ ਇਹ ਸੀ, ਮੀਤ ਪ੍ਰਧਾਨ ਤੁਸੀਂ ਸੀ? ਹਾਂਜੀ। ਔਰ ਇਹਦੇ ਪ੍ਰਧਾਨ ਬਣਨ ਤੋਂ ਪਹਿਲਾਂ ਦਾ ਸੀ ਮੈਂ। ਅੱਛਾ, ਇਹਦੇ ਪ੍ਰਧਾਨ ਬਣ ਜਦੋਂ ਯਾਨੀ ਕਿ ਕਰਤਾਰ ਸਿੰਘ ਪਿੰਡ ਨਾਲੇ ਸੀਗੇ? ਨਹੀਂ, ਜਦੋਂ ਬਾਬਾ ਜੁਗਿੰਦਰ ਸਿੰਘ ਸੀਗੇ। ਹਾਂਜੀ। ਔਰ ਜਿਹੜੀਆਂ 99 'ਚ ਆਪਣਾ ਇਲੈਕਸ਼ਨਾਂ ਹੋਈਆਂ, ਹਾਂਜੀ, 99 ਦੀਆਂ ਇਲੈਕਸ਼ਨਾਂ 'ਚ ਪਾਰਲੀਮੈਂਟਰੀ ਬੋਰਡ ਦਾ ਜਿਹੜਾ ਚੇਅਰਮੈਨ ਸੀ। ਅੱਛਾ, ਜਿਹੜਾ ਟਿਕਟਾਂ ਦੇਣੀਆਂ ਸੀ ਇਹਨਾਂ ਨੇ, ਆਹ ਵੀ ਖਿਆਲ ਹੈ ਨਾ, ਸ਼੍ਰੋਮਣੀ ਅਕਾਲੀ ਦਲ ਆਹ। ਹਾਂਜੀ, ਆਹ ਦਸਖਤ ਸਿਮਰਜੀਤ ਮਾਨ ਦੇ ਉਸ ਚਿੱਠੀ 'ਤੇ ਮਿਲਣਗੇ ਤੁਹਾਨੂੰ। ਠੀਕ ਹੈ।